ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਵਰਹਿਮਤੁਲਲਾਹਿ ਵਬਰਕਾਤੁਹੁ ਜੰਨਤ ਹਲਾਲ ਹੋ ਦੋਜ਼ਖ ਹਰਾਮ ਹੋ ਸਾਰੀਆਂ ਭੈਣਾਂ ਨੂੰ ਤੇ ਭਰਾਵਾਂ ਨੂੰ ਅੰਕਲ ਆਂਟੀ ਨੂੰ ਬੱਚਿਆਂ ਨੂੰ ਤੇ ਮੇਰੀਆਂ ਸੋਹਣੀਆਂ ਸੋਹਣੀਆਂ ਤੇ ਪਿਆਰੀਆਂ ਪਿਆਰੀਆਂ ਅੱਛੀਆਂ ਅੱਛੀਆਂ ਭੈਣਾਂ ਨੂੰ ਸਲਾਮ ਪਿਆਰ ਮੁਹੱਬਤ। ਲਓ ਜੀ ਇਹ ਆਪਣਾ ਸਲਾਮ ਕਰ ਲਓ ਤੁਸੀਂ। ਹਾਂਜੀ ਅਸਲਾਮ ਅਲੈਕੁਮ। ਚਨੇ ਵਾਲੇ ਰਾਈਸ ਬਣ ਰਿਹਾ ਜੀ, ਇੱਧਰ ਉੱਧਰ ਆ ਜਾਓ ਤੇ ਇਧਰੋਂ ਹੁਣ ਪਤਾ ਨਹੀਂ ਉਹਨੇ ਕੁਛ ਹੋਰ ਬਣਾਇਆ ਜੀ। ਰਾਈ ਪੈਨ ਦਾ ਸਾਗ ਬਣਾ ਰਹੀ ਹਾਂ। ਹਾਂਜੀ ਰਾਈਸ ਬਣਾ ਰਹੀ ਹੈ ਜੀ, ਤੇ ਨਾਲ ਆਹ ਦਹੀਂ ਭੱਲੇ ਬਣਨਗੇ ਮੇਰਾ ਖਿਆਲ ਆ। ਹਾਂਜੀ ਇਹ ਤੇ ਰਾਤੀ ਖਾਵਾਂਗੇ ਇਨਸ਼ਾਅੱਲਾ। ਇਹ ਚਟਨੀ ਬਣ ਰਹੀ ਆ। ਰਾਤੀ ਉਹ ਮੇਰਾ ਦੋਸਤ ਮੈਨੂੰ ਫੋਨ ਕੀਤਾ, ਉਹਨੇ ਕਹਿੰਦਾ ਯਾਰ ਮੈਂ ਬਹੁਤ ਪਰੇਸ਼ਾਨ ਹਾਂ ਨਾ। ਮੈਂ ਅੱਲਾ ਖੈਰ ਕਰੇ, ਕੀ ਹੋਇਆ, ਪਰੇਸ਼ਾਨੀ ਕੀ ਹੋ ਗਈ? ਉਹਦੇ ਮਾਸ਼ਾਅੱਲਾ ਬੇਟੀ ਹੋਈ ਹੈ ਨਾ। ਅੱਛਾ। ਅੱਲਾਹ ਤਾਲਾ ਨੇ ਉਹਨੂੰ ਬੇਟੀ ਦਿੱਤੀ ਹੈ ਮਾਸ਼ਾਅੱਲਾ, ਤਕਰੀਬਨ ਕਿੰਨੇ ਸਾਲਾਂ ਬਾਅਦ, 8 ਸਾਲ ਬਾਅਦ। ਅਤੇ ਬਹੁਤ ਖੁਸ਼ ਹੋ ਕਹਿੰਦਾ ਮੈਂ ਅਸਲ 'ਚ ਨਾ ਆਪਣੀ ਸੱਸ ਨੂੰ ਬੁਲਾ ਰਿਹਾ, ਅਤੇ ਕਿਉਂਕਿ ਘਰ ਫਿਰ ਗੁਜ਼ਾਰ ਮੇਰੀ ਬੇਗਮ ਨਹੀਂ ਕੰਮ ਕਰ ਸਕਦੀ, ਅਤੇ ਕਹਿੰਦਾ ਸਾਡੇ ਘਰ ਨਾ ਕੁੱਤਖਾਨਾ ਪੈ ਗਿਆ। ਮੈਂ ਕੀ ਹੋਇਆ? ਕਹਿੰਦਾ ਮੇਰੀ ਮਾਂ ਮੇਰੇ ਨਾਲ ਲੜ ਪਈ, ਕਹਿੰਦੀ ਤੈਨੂੰ ਤਾਂ ਆਪਦੀ ਸੱਸ ਦਾ ਹੀ ਖਿਆਲ ਹੈ, ਤੈਨੂੰ ਆਪਦੀ ਮਾਂ ਦਾ ਕੋਈ ਖਿਆਲ ਨਹੀਂ ਹੈਗਾ। ਅਤੇ ਭੈਣ ਕਹਿੰਦੀ ਕਿ ਤੁਹਾਨੂੰ ਭਾਈਜਾਨ ਚਾਹੀਦਾ ਸੀ ਕਿ ਤੁਸੀਂ ਅੰਮੀ ਨੂੰ ਸੱਦ ਦੇਣਾ। ਹਾਲਾਂਕਿ ਬੱਚਾ ਮਾਸ਼ਾਅੱਲਾ ਪੈਦਾ ਹੋਇਆ ਤੇ ਇਕੱਲਾ ਦਾ ਹੀ ਇਹ ਟੌਪਿਕ ਆ ਹਨਾ। ਇਹ ਬਹੁਤ ਵੱਡੀ ਪ੍ਰੋਬਲਮ ਆ ਸਾਡੇ ਕਲਚਰ ਦੇ ਵਿੱਚ ਬੇਸਿਕਲੀ ਨਾ। ਸ਼ਾਇਦ ਤੁਸੀਂ ਇਸ ਚੀਜ਼ 'ਤੇ ਐਗਰੀ ਹੋਵੋ ਕਿ ਨਾ ਹੋਵੋ, ਸਾਰੀਆਂ ਭੈਣਾਂ ਅਸਲ ਦੇ ਵਿੱਚ ਨਾ ਸਿਰਫ ਅੰਡਰਸਟੈਂਡਿੰਗ ਦੀ ਗੱਲ ਆਈ ਹੈ। ਦੇਖੋ ਇਹ ਫਿਰ ਕੁਦਰਤੀ ਤੌਰ 'ਤੇ ਇੱਕ ਫੈਕਟ ਹੈਗਾ ਜੇ, ਠੀਕ ਆ ਨਾ। ਹੁਣ ਇਹ ਜਦੋਂ ਅੱਲਾਹ ਤਾਲਾ ਔਲਾਦ ਦਿੰਦਾ ਵਾ, ਠੀਕ ਆ ਨਾ, ਉਦੋਂ ਔਰਤ ਦੀ ਖੁਆਇਸ਼ ਹੁੰਦੀ ਹੈ ਕਿ ਉਹਦੀ ਮਾਂ ਹੀ ਉਹਦੀ ਭੈਣ ਉਹਦੇ ਕੋਲ ਹੋਵੇ। ਉਹਦੀ ਵਜ੍ਹਾ ਕਿ ਮੈਂਟਲੀ ਤੌਰ 'ਤੇ ਔਰਤ ਜਿਹੜੀ ਹੈ ਨਾ ਉਹ ਸੈਟਿਸਫਾਈਡ ਹੁੰਦੀ ਆ ਆਪਣੀ ਵਾਲਦਾ ਤੋਂ ਜਾਂ ਆਪਣੀ ਭੈਣ ਤੋਂ ਕਿ ਉਹ ਮੇਰੇ ਬੱਚੇ ਦਾ ਜ਼ਿਆਦਾ ਖਿਆਲ ਕਰ ਸਕਦੀ ਹੈ। ਔਰ ਇਹ ਫੈਕਟ ਵੀ ਹੈ ਕਿ ਖਾਲਾ ਖਾਲਾ ਹੀ ਹੁੰਦੀ ਹੈ। ਉਹੀ ਗੱਲ ਕਰ ਰਿਹਾ ਨਾ ਕਿ ਖਾਲਾ ਖਾਲਾ ਹੀ ਹੁੰਦੀ ਆ, ਫੁੱਫੋ ਫੁੱਫੋ ਹੁੰਦੀ ਆ, ਠੀਕ ਹੈ ਨਾ। ਅਤੇ ਉਹ ਇੱਕ ਕੁਦਰਤੀ ਫੈਕਟ ਹੈਗਾ ਜੇ। ਉਹ ਹੁਣ ਮਤਲਬ ਹੈਗਾ ਕਿ ਉਹਦੀ ਉਹਨੇ ਉਹਦੀ ਆਪਦੀ ਸੱਸ ਨੂੰ ਸੱਦਿਆ ਪਾਕਿਸਤਾਨ ਨੂੰ ਨਾ ਕਿ ਚਲੋ 6 ਮਹੀਨੇ ਇੱਥੇ ਲਾ ਜਾਣਗੇ ਅਤੇ ਬੱਚੀ ਜ਼ਰਾ ਥੋੜ੍ਹੀ ਜਿਹੀ ਆਪਣਾ ਵੱਡੀ ਹੋ ਜਾਏਗੀ ਅਤੇ ਬੇਗਮ ਮੇਰੀ ਥੋੜ੍ਹਾ ਜਿਹਾ ਮਤਲਬ ਠੀਕ ਹੋ ਜਾਏਗੀ ਅਤੇ ਫਿਰ ਉਹ ਵਾਪਸ ਚਲੇ ਜਾਣਗੇ। ਜਿਹੜੇ ਆਪਰੇਸ਼ਨ ਨਾਲ ਬੱਚੇ ਹੁੰਦੇ ਆ ਉਹ ਤਾਂ ਠੀਕ ਹੁੰਦੇ, ਔਰਤ ਨੂੰ ਬਹੁਤ ਟਾਈਮ ਲੱਗਦਾ। ਅਤੇ ਮੈਂ ਕਿਹਾ ਤੂੰ ਅੱਛਾ ਕੀਤਾ ਵਾ, ਮੈਂ ਕਿਹਾ ਮੇਰੇ ਜਿੰਨੇ ਵੀ ਨਿਆਣੇ ਹੋਏ ਆ ਨਾ, ਮੈਂ ਸਾਰੇ ਨਿਆਣੇ ਤਾਂ ਆਪਣੀ ਸੱਸ ਨੂੰ ਹੀ ਸੱਦਿਆ ਸੀ ਅਤੇ ਆਪਣੀ ਸਾਲੀ ਨੂੰ ਸੱਦਿਆ ਸੀ ਮੈਂ ਕਿਹਾ। ਅਤੇ ਮੈਂ ਕਿਹਾ ਮੇਰੇ ਵਾਲਦਾਂ ਨੇ ਤਾਂ ਮੈਨੂੰ ਕੋਈ ਐਸੀ ਗੱਲ ਨਹੀਂ ਕੀਤੀ, ਲੇਕਿਨ ਇਹ ਹੈਗਾ ਕਿ ਮੈਂ ਕਿਹਾ ਫੈਕਟ ਹੈਗਾ ਜੀ ਇੱਕ ਜਿਹੜੇ ਰਿਐਲਿਟੀ ਹੈ। ਤੁਹਾਡੀ ਫੈਮਲੀ ਨੇ ਇਸ ਲਈ ਗੱਲ ਨਹੀਂ ਕੀਤੀ ਕਿਉਂਕਿ ਉਹ ਆਲਰੇਡੀ ਯੂਕੇ 'ਚ ਰਹਿੰਦੇ ਆ। ਜਿਹੜੇ ਪਾਕਿਸਤਾਨ ਹੈ ਨਾ, ਮਤਲਬ ਕਿ ਮੈਜੋਰਿਟੀ ਇੱਥੇ ਹੋਰ ਵੀ ਜਿਹੜੇ ਲੋਕ ਆ ਨਾ, ਉਹ ਫਿਰ ਉਹ ਪ੍ਰੋਬਲਮ ਆ ਜਾਂਦੀ ਹੈ ਨਾ ਘਰ 'ਚ। ਅਤੇ ਉਹ ਜਨਾਬ ਉਹ ਮੈਨੂੰ ਕਹਿੰਦਾ ਕਿ ਹੁਣ ਦੱਸੋ ਮੈਂ ਕੀ ਕਰਾਂ। ਮੈਂ ਕਿਹਾ ਕਰਨਾ ਕੀ ਹੈ, ਕੋਈ ਚੰਗਾ ਜਿਹਾ ਦੇਖ ਕੇ ਕਰ ਲਓ, ਬਸ ਅੱਲਾਹ ਦਾ ਨਾਂ ਦੇ ਕੇ ਸਦਕਾ ਦਿਓ। ਕਹਿੰਦਾ ਲੜਾਈ ਨਹੀਂ ਮੁੱਕ ਰਹੀ। ਮੈਂ ਕਿਹਾ ਲੜਾਈ ਮੁੱਕ ਜਾਏਗੀ, ਬਸ ਅੰਮਾ ਉਹਨਾਂ ਨੂੰ ਸਮਝਾ ਦਿਓ ਸੀ ਕਿ ਮਾਂ ਜੀ ਤੁਸੀਂ ਦੇਖੋ ਬਜ਼ੁਰਗ ਹੋ, ਤੁਹਾਡੇ ਕੋਲੋਂ ਹੁਣ ਮੈਂ ਤਾਂ ਨਹੀਂ ਨਾ ਚਾਹਵਾਂਗਾ ਕਿ ਰਾਤ ਦੇ 12 ਵਜੇ 1 ਵਜੇ ਉੱਠ ਕੇ ਤੁਸੀਂ ਬੱਚੀ ਦਾ ਫੀਡਰ ਬਣਾਓ। ਅਤੇ ਔਰਤ ਦੀ ਜਿਹੜੀ ਵਾਲਦਾ ਵਾ ਉਹ ਕਰੇਗੀ, ਉਹ ਤਾਂ ਨਾਨੀ ਆ, ਠੀਕ ਆ, ਨਾਨੀਆਂ ਤਾਂ ਸਾਰੀਆਂ ਕਰਦੀਆਂ ਵਾ। ਅਤੇ ਉਹ ਬੰਦੇ ਨੂੰ ਇੰਨਾ ਮਹਿਸੂਸ ਨਹੀਂ ਹੁੰਦਾ। ਅਤੇ ਅੰਮੀ ਕਹਿੰਦੇ ਲੈ ਮੈਂ ਸੰਭਾਲ ਹੀ ਲੈਣਾ ਸੀ ਤੇਰੀ ਕੁੜੀ ਨੂੰ, ਮੈਂ ਵੀ ਤਾਂ ਆਪਦੇ ਬੱਚੇ ਪਾਲੇ ਹੀ ਆ ਨਾ, ਅਤੇ ਤੈਨੂੰ ਵੀ ਤਾਂ ਪਾਲੇ ਹੀ ਆ ਨਾ, ਤੈਨੂੰ ਜੰਮੀ ਤੈਨੂੰ ਪਾਲਿਆ। ਹਾਂ, ਅਤੇ ਤੂੰ ਜੇ ਥੋੜ੍ਹਾ ਜਿਹਾ ਖਿਆਲ ਕਰ ਲੈਂਦਾ, ਮੇਰਾ ਖਿਆਲ ਕਰ ਲੈਂਦਾ, ਮੈਂ ਆ ਜਾਂਦੀ, ਚੱਲ ਨਾਲੇ ਘੁੰਮ ਜਾਂਦੀ। ਉਹ ਕਹਿੰਦਾ ਤੁਸੀਂ ਉੱਦਾਂ ਆ ਜਾਓ, ਤੁਸੀਂ ਪਹਿਲੇ ਵੀ ਤਾਂ ਆ ਕੇ ਗਏ ਹੋ ਨਾ। ਨਹੀਂ ਉੱਦਾਂ ਤਾਂ ਮੈਂ ਆ ਜਾਊਂਗੀ, ਹੁਣ ਆਉਣ ਦਾ ਕੀ ਫਾਇਦਾ? ਹੁਣ ਜੇ ਤੂੰ ਮੈਨੂੰ ਕਹਿ ਕੇ ਬੁਲਾਏਗਾ, ਜੇ ਮੈਂ ਤੈਨੂੰ ਕਿਹਾ ਵਾ ਤਾਂ ਫਿਰ ਤੂੰ ਮੈਨੂੰ ਬੁਲਾਏਗਾ, ਤਾਂ ਫਿਰ ਮੈਨੂੰ ਇਸ ਚੀਜ਼ ਦਾ ਕੀ ਫਾਇਦਾ ਨਾ? ਅਤੇ ਤੈਨੂੰ ਤਾਂ ਖੁਦ ਸੋਚਣਾ ਚਾਹੀਦਾ ਸੀ। ਮੈਂ ਕਿਹਾ ਯਾਰ ਗੱਲ ਇਹ ਹੈਗੀ ਆ, ਤੁਸੀਂ ਆਪਣਾ ਅਗਰ ਸੱਦ ਲਿਆ ਨਾ ਆਪਣੀ ਵਾਲਦਾ ਨੂੰ ਸੱਸ ਨੂੰ, ਤਾਂ ਕੋਈ ਅੱਛੀ ਮਤਲਬ ਬੁਰਾ ਕੰਮ ਨਹੀਂ ਕੀਤਾ, ਅੱਛਾ ਕੀਤਾ ਵਾ। ਔਰ ਇਹ ਹੈਗਾ ਕਿ ਦੇਖੋ ਤੁਹਾਡੀ ਸੱਸ ਨੇ ਜੋ ਲੁੱਕ ਆਫਟਰ ਆਪਣੀ ਉਹਦੀ ਦੋਤੀ ਦੀ ਕਰਨੀ ਆ ਨਾ, ਉਹ ਦਾਦੀ ਕੋਲੋਂ ਨਹੀਂ ਹੁੰਦੀ। ਔਰ ਵੈਸੇ ਵੀ ਦੇਖੋ ਨਾ ਜਿਹੜੀ ਉਹ ਚੀਜ਼ ਹੈ ਕਿ ਲੇਡੀ ਨੂੰ ਤਕਲੀਫ ਦੇ ਵਿੱਚ ਆਪਣੀ ਅੰਮੀ ਜਾਂ ਸਿਸਟਰ ਨੂੰ ਜਿਸ ਤਰ੍ਹਾਂ ਬੁਲਾਉਣਾ, ਮੇਰੀ ਗੱਲ ਸੁਣੀ, ਜਲਦੀ ਕੰਮ ਕਰੀ, ਇੱਕ ਲਹਿਜਾ ਹੁੰਦਾ ਨਾ ਕਿ ਜਲਦੀ ਦਾ, ਕਿ ਉਹ ਅਗਰ ਹਸਬੈਂਡ ਦੀ ਫੈਮਿਲੀ ਨੂੰ ਕਿਹਾ ਜਾਏ ਤੇ ਉਹ ਤਾਂ ਫਿਰ ਫੀਲ ਵੀ ਕਰ ਸਕਦੇ। ਫਿਰ ਜੇ ਤੁਸੀਂ ਉਹਨਾਂ ਨੂੰ ਮਤਲਬ ਇੱਦਾਂ ਗੱਲ ਕਰੋ ਕਿ ਅੰਮੀ ਜੀ ਮੈਨੂੰ ਫੀਡਰ ਬਣਾ ਦਿਓ,
ਤੇ ਬੰਦਾ ਘਰ ਬੈਠਾ ਹੋਵੇ ਕਿਉਂ ਤੂੰ ਨਹੀਂ ਉੱਠ ਕੇ ਬਣਾ ਸਕਦੀ ਮੇਰੀ ਮਾਂ ਨੂੰ ਕਹਿਣ ਲਈ ਹਾਂ ਨਾਲੇ ਔਰ ਬੁਲਾਇਆ ਕਿਸ ਤਰ੍ਹਾਂ ਮੈਂ ਫਿਰ ਇਸ ਤਰ੍ਹਾਂ ਦੀਆਂ ਉਹ ਘਰ ਦੇ ਵਿੱਚ ਫਿਰ ਜਿਹੜਾ ਨਾ ਉਹ ਜ਼ਿਆਦਾ ਕੁੱਤਾ ਖੁੱਲ ਜਾਂਦਾ ਫਿਰ ਕੱਟਾ ਖੁੱਲ ਜਾਂਦਾ ਸੋਰੀ ਚਲੋ ਬਾਜ਼ ਕਾ ਬੰਦਾ ਤਕਲੀਫ 'ਚ ਹੁੰਦਾ ਤੇ ਹਰ ਵਕਤ ਨਾ ਬੰਦਾ ਉਸ ਤਰ੍ਹਾਂ ਨਹੀਂ ਬੁਲਾ ਸਕਦਾ ਬਹੁਤ ਤਕਲੀਫ 'ਚ ਹੁੰਦਾ ਨਾ ਤੇ ਉਹ ਕਿਸੇ ਹੋਰ ਤਰ੍ਹਾਂ ਬੁਲਾਉਣਾ ਪੈ ਜਾਂਦਾ ਮੈਂ ਤਾਂ ਸਮਝਦਾ ਹਾਂ ਕਿ ਅਗਰ ਔਰਤ ਆਪਣੀ ਮਾਂ ਨੂੰ ਜਾਂ ਆਪਣੀ ਭੈਣ ਨੂੰ ਸਾਦੀ ਹੈ ਨਾ ਡਿਲੀਵਰੀ ਦੇ ਟਾਈਮ 'ਤੇ ਜਦੋਂ ਮਤਲਬ ਇਹ ਟਾਈਮ ਦਿੰਦਾ ਅੱਲਾਹ ਤਾਲਾ ਸਾਧ ਨੂੰ ਸਾਦੇ ਔਲਾਦ ਕਰੇ ਉਦੋਂ ਮੇਰਾ ਨਹੀਂ ਖਿਆਲ ਹੈ ਕਿ ਹਸਬੈਂਡ ਨੂੰ ਜਾਂ ਹਸਬੈਂਡ ਦੇ ਮਾਂ ਪਿਓ ਨੂੰ ਇਸ ਚੀਜ਼ ਦੇ ਉੱਤੇ ਕੋਈ ਮਤਲਬ ਗਿਲਾ ਜਾਂ ਸ਼ਿਕਵਾ ਹੋਣਾ ਚਾਹੀਦਾ ਵਾ ਕਿ ਜੀ ਵੈਸੇ ਉਹ ਜਿੰਨੀ ਦਫ਼ਾ ਮਰਜ਼ੀ ਬੰਦਾ ਆਏ ਮਿਲੇ ਕਿ ਮੈਂ ਆਪਣੇ ਬੇਟੇ ਨੂੰ ਮਿਲਣ ਜਾ ਰਿਹਾ ਤੇ ਕੋਈ ਵੀ ਇਮੀਗ੍ਰੇਸ਼ਨ ਨਹੀਂ ਰੋਕਦੀ ਹਾਂ ਨਹੀਂ ਨਹੀਂ ਇਮੀਗ੍ਰੇਸ਼ਨ ਦਾ ਮਸਲਾ ਹੀ ਕੋਈ ਨਹੀਂ ਹੈਗਾ ਬਲੱਡ ਨੂੰ ਤੁਸੀਂ ਮਰਜ਼ੀ ਸੱਦ ਲਓ ਅਤੇ ਮਕਸਦ ਇਹ ਹੈਗਾ ਗੱਲ ਮੇਰਾ ਕਰਨ ਦਾ ਕਿ ਅਗਰ ਹੁਣ ਉਹਦੀ ਸੱਸ ਆ ਰਹੀ ਹੈ ਹੁਣ ਜਿਹੜੀ ਲੁੱਕ ਆਫਟਰ ਉਹਨੇ ਕਰਨੀ ਆ ਉਹ ਕੋਈ ਹੋਰ ਨਹੀਂ ਕਰ ਸਕਦਾ ਜਾਂ ਉਹਦੀ ਸਾਲੀ ਆਏਗੀ ਹੁਣ ਜਿਵੇਂ ਤੇਰੇ ਮਤਲਬ ਮਾਸ਼ਾਅੱਲਾ ਨਿਆਣੇ ਜਦੋਂ ਹੋਏ ਆ ਆਪਣੇ ਤੇਰੇ ਕਹਿਣ ਚਲੋ ਹਾਂਜੀ ਇੱਕ ਹੀ ਗੱਲ ਆ ਆਪਣੇ ਜਦੋਂ ਨਿਆਣੇ ਹੋਏ ਆ ਤੇਰੀ ਭੈਣ ਆਈ ਦੋ ਤਿੰਨ ਦਫ਼ਾ ਤੇਰੀ ਅੰਮੀ ਆਈ ਹਾਂਜੀ ਤੇ ਉਹ ਮਕਸਦ ਹੈਗਾ ਕਿ ਮੈਂ ਕੰਮ ਤੇ ਹੁੰਦਾ ਸੀ ਮੈਨੂੰ ਤੂੰ ਸੁੱਤੀ ਰਹਿੰਦੀ ਸੀ ਤੇਰੀ ਅੰਮੀ ਸੰਭਾਲਦੀ ਸੀ ਤੈਨੂੰ ਕੋਈ ਟੈਨਸ਼ਨ ਨਹੀਂ ਸੀ ਫਿਰ ਉਸ ਤੋਂ ਬਾਅਦ ਤੇਰੀ ਅੰਮੀ ਨੇ ਆਪਣੇ ਸਾਰੇ ਨਿਆਣਿਆਂ ਦੇ ਸਿਰ ਬੰਨੇ ਮਤਲਬ ਸਿਰ ਬਣਾਏ ਜਿਹੜੇ ਅਸਲ ਕੰਮ ਕਰਨ ਵਾਲੇ ਹੁੰਦੇ ਬੱਚਿਆਂ ਦੇ ਉਹ ਸਿਰਫ ਨਾਨੀ ਹੀ ਕਰ ਸਕਦੀ ਹੈ ਮਤਲਬ ਸਿਰ ਬਣਾਉਣਾ ਬਾਹਾਂ ਦੀ ਮਾਲਿਸ਼ ਕਰਨੀ ਲੱਤਾਂ ਕਰਨੀਆਂ ਇਹ ਚੀਜ਼ਾਂ ਜਿਹੜੀਆਂ ਨਾ ਉਹ ਅੱਛੇ ਤਰੀਕੇ ਨਾਲ ਮੈਨੂੰ ਕਹਿੰਦੇ ਸੀ ਕਿ ਨਹੀਂ ਤੂੰ ਆਰਾਮ ਕਰ ਨਾ ਹਾਂ ਤੇ ਤੈਨੂੰ ਮਕਸਦ ਤੂੰ ਫਿਰ ਕਹਿ ਵੀ ਸਕਦੇ ਸੀ ਕਿ ਅੰਮੀ ਮੈਨੂੰ ਪਾਣੀ ਦਾ ਗਲਾਸ ਦੇ ਦੇ ਹਾਂਜੀ ਅਗਰ ਤੂੰ ਦੇ ਕਹਿ ਦਿੰਦੀ ਸੀ ਤੇ ਮੈਨੂੰ ਕੋਈ ਮਸਲਾ ਨਹੀਂ ਸੀ ਹੁੰਦਾ ਜੇ ਮੇਰੀ ਮਾਂ ਹੁੰਦੀ ਤਾਂ ਮੈਂ ਕਹਿੰਦੀ ਕਹਿੰਨੀ ਲੇਕਿਨ ਕਦੀ ਮੈਂ ਕਹਿੰਦੀ ਤਕਲੀਫ 'ਚ ਬੰਦਾ ਜੇ ਕਹਿ ਜਾਏ ਤੇ ਮੈਂ ਤਾਂ ਗੱਲ ਕਰ ਰਿਹਾ ਨਾ ਇੱਕ ਕਿ ਔਰਤ ਤਾਂ ਜਦੋਂ ਤਕਲੀਫ ਦੇ ਵਿੱਚ ਕੋਈ ਅਸੀਂ ਗੱਲ ਕਰ ਦੇਵੇ ਬੰਦੇ ਦੀ ਮਾਂ ਨੂੰ ਬਸ ਫਿਰ ਉਹ ਉਸ ਤੋਂ ਬਾਅਦ ਇਹ ਹੁੰਦਾ ਕਿ ਉਹ ਹਫ਼ਤਾ ਜਿਹੜਾ ਨਾ ਬੰਦਾ ਉਹ ਕੰਬਲ ਤੇ ਸੁਣਾਉਣਾ ਲੈ ਕੇ ਜਾਣਾ ਉਹ ਆਪਣਾ ਗਰਾਜ 'ਚ ਸੌਂਦਾ ਕਹਿੰਦਾ ਮੈਂ ਤਾਂ ਤੁਹਾਡਾ ਕਿਸੇ ਨਾਲ ਵੀ ਗੱਲ ਨਹੀਂ ਕਰਨੀ ਕਿਉਂਕਿ ਤੁਸੀਂ ਬਦਤਮੀਜ਼ੀ ਨਾਲ ਬੁਲਾਇਆ ਤਾਂ ਮੇਰਾ ਵੀ ਖਿਆਲ ਹੈ ਕਿ ਇਹਦੇ ਵਿੱਚ ਕੋਈ ਇਹ ਬਹੁਤ ਵੱਡਾ ਇਸ਼ੂ ਆ ਜਾਂ ਮਤਲਬ ਇਸ ਚੀਜ਼ ਦੇ ਪਿੱਛੇ ਕੋਈ ਘਰ ਦੇ ਵਿੱਚ ਜਿਹੜਾ ਨਾ ਤੁਸੀਂ ਮਤਲਬ ਕੋਈ ਪ੍ਰੋਬਲਮ ਕ੍ਰੀਏਟ ਕੀਤੀ ਜਾਵੇ ਕਿ ਜੀ ਉਹਨੂੰ ਕੋਈ ਸੱਦਿਆ ਉਹਨੂੰ ਕਿਉਂ ਨਹੀਂ ਸੱਦਿਆ ਮੇਰਾ ਖਿਆਲ ਹੈ ਬਿਹਤਰ ਆ ਸੱਸ ਦਾ ਆਉਣਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਆ ਉਹਦੀ ਵਜ੍ਹਾ ਹੈਗੀ ਆ ਕਿ ਜੋ ਉਹ ਕੰਮ ਕਰ ਸਕਦੀ ਹੈ ਜਾਂ ਲੜਕੀ ਦੀ ਭੈਣ ਕਰ ਸਕਦੀ ਆ ਉਹ ਮੁੰਡੇ ਦੀ ਭੈਣ ਜਾਂ ਮੁੰਡੇ ਦੀ ਮਾਂ ਨਹੀਂ ਕਰ ਸਕਦੀ ਇਹ ਇੱਕ ਰਿਐਲਿਟੀ ਆ ਆਈ ਡੋਟ ਨੋ ਕਿ ਕਾਫੀ ਮੇਰੇ ਭਰਾਵਾਂ ਨੂੰ ਇਹ ਚੀਜ਼ ਬੁਰੀ ਲੱਗੇ ਲੇਕਿਨ ਮੈਂ ਇੱਕ ਹਕੀਕਤ ਦੇਖੀ ਹੋਈ ਹੈ ਮੇਰੇ ਸਾਹਮਣੇ ਜਿਹੜੀ ਚੀਜ਼ ਅਸੀਂ ਦੇਖੋ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਬਹੁਤ ਜ਼ਿਆਦਾ ਕੁਕਿੰਗ ਦੇ ਚੈਨਲ ਆ ਜਾਂ ਬਿਊਟੀ ਦੇ ਜਾਂ ਸਾਰੀ ਚੀਜ਼ਾਂ ਦੇ ਹੈ ਤੁਸੀਂ ਕਾਫੀ ਚੀਜ਼ਾਂ ਆਪਣੇ ਚੈਨਲ 'ਚ ਐਡ ਕਰਦੇ ਹੋ ਲੇਕਿਨ ਤੁਹਾਡੀ ਸਭ ਤੋਂ ਅੱਛੀ ਗੱਲ ਹੈ ਕਿ ਤੁਸੀਂ ਹਕੀਕਤ 'ਤੇ ਗੱਲ ਕਰਦੇ ਹੋ ਨਾ ਕਿ ਜੋ ਦੁਨੀਆਂ 'ਚ ਵਾਕਈ ਹੋ ਰਿਹਾ ਔਰ ਇਹ ਚੀਜ਼ ਉਹਨਾਂ ਸਭ ਨੂੰ ਬਹੁਤ ਪਸੰਦ ਆ ਦੇਖੋ ਹਕੀਕਤ 'ਤੇ ਗੱਲ ਕਰਾਂਗੇ ਅਤੇ ਅਸੀਂ ਕੋਈ ਚੈਨਲ 'ਤੇ ਚਲੋ ਇੱਕ ਆਪਣੀ ਜਗ੍ਹਾ 'ਤੇ ਆ ਲੇਕਿਨ ਮੈਨੂੰ ਅੱਛਾ ਇਸ ਚੀਜ਼ ਦਾ ਲੱਗਦਾ ਕਿ ਚਲੋ ਐਟਲੀਸਟ ਮਤਲਬ ਮੈਂ ਅਗਰ ਜਿਹੜੀ ਵੀ ਗੱਲ ਕਰਦਾ ਤਾਂ ਮੇਰੀਆਂ ਭੈਣਾਂ ਨੂੰ ਅੱਛੀ ਲੱਗਦੀ ਮੇਰੇ ਭਰਾਵਾਂ ਨੂੰ ਅੱਛੀ ਲੱਗਦੀ ਆ ਜਿਹੜੀ ਬੁਰੀ ਲੱਗਦੀ ਉਹ ਲਿਖ ਦਿੰਦੀਆਂ ਉਹ ਮੇਰੇ ਵਾਸਤੇ ਬਹੁਤ ਅੱਛੀ ਗੱਲ ਆ ਨਹੀਂ ਉਹ ਵੀ ਨਾ ਦੇਖੋ ਜਦੋਂ ਤੱਕ ਸਾਡੇ ਸਲਾਹ ਨਹੀਂ ਕਰਨਗੇ ਸਾਡੇ ਚੈਨਲ ਗਰੋ ਕਰੇਗਾ ਉਹਦੇ 'ਚ ਮਤਲਬ ਕਿ ਵੀ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਅਤੇ ਉਹ ਅਗਰ ਤਾਂ ਦਿਲ ਖੋਲ੍ਹ ਕੇ ਜਿੰਨਾ ਦਿਲ ਸਾਫ਼ ਹੁੰਦੇ ਉਹ ਫਿਰ ਦਿਲ ਖੋਲ੍ਹ ਕੇ ਸਹੀ ਤਰ੍ਹਾਂ ਲਿਖਦੇ ਆ ਨਾ ਉਹ ਪਤਾ ਵੀ ਹੁੰਦਾ ਕਿ ਬੰਦੇ ਨੇ ਸਲਾਹ ਲਈ ਲਿਖਿਆ ਜਾਂ ਤਨਜ਼ੀਆ ਲਿਖਿਆ ਸਾਰੇ ਮਤਲਬ ਕਿ ਚੀਜ਼ਾਂ ਦਾ ਪਤਾ ਹੁੰਦਾ ਅਤੇ ਉਹ ਫਿਰ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਤੂੰ ਕੋਈ ਗੱਲ ਨਹੀਂ ਤੂੰ ਆਪਣੀ ਅੰਮੀ ਨੂੰ ਨਾ ਅੱਛੇ ਤਰੀਕੇ ਨਾਲ ਸਮਝਾ ਕਿ ਮਾਂ ਜੀ ਕੋਈ ਮਸਲਾ ਨਹੀਂ ਇਨਸ਼ਾਅੱਲਾ ਅੱਲਾਹ ਤਾਲਾ ਖਿਆਲ ਰੱਖੇ ਤੁਸੀਂ ਵੈਸੇ ਆ ਜਾਓ ਘੁੰਮ ਫਿਰ ਜਾਓ ਅਤੇ ਜਿਹੜੀ ਭੈਣ ਨੇ ਤੈਨੂੰ ਡੰਡਾ ਦਿੱਤਾ ਨਾ ਕਿ ਤੂੰ ਆਪਣੀ ਅੰਮੀ ਨੂੰ ਨਹੀਂ ਸੱਦਿਆ ਤਾਂ ਆਪਣੀ ਸੱਤ ਨੂੰ ਸੱਦ ਲਿਆ ਤਾਂ ਮੈਂ ਕਿਹਾ ਤੂੰ ਚੁੱਪ ਕਰਕੇ ਉਹਦੇ ਨਾਲ ਨਾ ਮੁਹੱਬਤ ਪਿਆਰ ਨਾਲ ਗੱਲ ਖਤਮ ਕਰ ਉਹਦੇ ਨਾਲ ਵੀ ਤੈਨੂੰ ਲੜਨ ਦੀ ਜ਼ਰੂਰਤ ਨਹੀਂ ਉਹ ਤੇਰੀ ਭੈਣ ਆ ਹਾਂ ਮਤਲਬ ਉਹਨਾਂ ਪਿਆਰ ਨਾਲ ਸਮਝਾ ਦੋ ਤੇ ਤੁਸੀਂ ਸਾਡੇ ਘਰ 'ਚ ਇਸ ਤਰ੍ਹਾਂ ਅਗਰ ਇੱਥੇ ਸੱਦਿਆ ਵਾ ਤੇ ਮੈਂ ਕਿਸੇ ਮਸਲੇ ਦੇ ਤਹਿਤ ਹੀ ਆਪਣੀ ਸੱਸ ਨੂੰ ਇੱਥੇ ਸੱਦਿਆ ਅਤੇ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਆਉਣਾ ਤੁਸੀਂ ਵੈਸੇ ਘੁੰਮ ਫਿਰ ਜਾਓ ਆ ਜਾਓ ਮੇਰੇ ਕੋਲ ਤੁਸੀਂ ਆਉਂਦੇ ਹੀ ਉਹਨੂੰ ਪਹਿਲੇ ਵੀ ਅਤੇ ਤੁਸੀਂ ਆ ਕੇ ਘੁੰਮ ਫਿਰ ਜਾਓ ਅਤੇ ਐਸੀ ਕਿਹੜੀ ਗੱਲ ਆ ਅਤੇ ਕਹਿੰਦਾ ਚਲੋ ਦੇਖੋ ਦੁਆ ਕਰੋ ਮੇਰੇ ਵਾਸਤੇ ਮੈਂ ਕਿਹਾ ਤੂੰ ਸਿਰਫ ਇਹ ਪੜਿਆ ਕਰ ਹਸਬਨ ਅੱਲਾਹੁ ਨਿਅਮਲ ਵਕੀਲ ਨਿਅਮਲ ਮੌਲਾ ਵਾ ਨਿਅਮਲ ਨਸੀਬ ਬਸ ਹਸਬਨ ਦੀ ਫੈਮਿਲੀ ਨਾ ਇਸ ਨੀਅਤ ਨਾਲ ਆਣ ਦੇਖਣ ਕਿ ਸਾਡਾ ਬੇਟਾ ਪਿਆਰਾ ਬੇਟਾ ਜਿਹਦੀ ਅਸੀਂ ਬਚਪਨ 'ਚ ਕਿੰਨੀ ਉਹਦੀ ਪਿਆਰੀ ਪਰਵਰਿਸ਼ ਕੀਤੀ ਆ ਉਹ ਕਿੰਨੀ ਮਿਹਨਤ ਕਰ ਰਿਹਾ ਇਹਨਾਂ ਮੁਲਕਾਂ 'ਚ ਇਸ ਨੀਅਤ ਨਾਲ ਆ ਕੇ ਦੇਖਣ ਅਤੇ ਫਿਰ ਉਹਨਾਂ ਦੇ ਘਰ 'ਚ ਕਿ ਵੀ ਲੜਾਈ ਵੀ ਨਹੀਂ ਹੋਏਗੀ ਕਿ ਇੱਕ ਤਾਂ ਆਪਣੀ ਫੈਮਿਲੀ ਨੂੰ ਆਸਟ੍ਰੇਲੀਆ ਜਾਂ ਇੰਗਲੈਂਡ ਵੀ ਸਪੋਰਟ ਕਰਦਾ ਫਿਰ ਸਭ ਪਾਕਿਸਤਾਨ ਜਿਹੜੀ ਉਹਨਾਂ ਦੀ ਫੈਮਿਲੀ ਹੁੰਦੀ ਉਹਨਾਂ ਨੂੰ ਵੀ ਸਪੋਰਟ ਕਰਦਾ ਇਹ ਨੀਅਤ ਨਾਲ ਦੇਖਣ ਕਹਿੰਦਾ ਅੱਲਾਹ ਨੇ ਮੈਨੂੰ 8 ਸਾਲ ਬਾਅਦ ਔਲਾਦ ਦਿੱਤੀ ਹੈ ਮੈਨੂੰ ਉਹਦੀ ਖੁਸ਼ੀ ਤਾਂ ਹੋਣੀ ਸੀ ਅੱਜ ਘਰ ਦੇ ਕਹਿੰਦੇ ਟੈਨਸ਼ਨ ਦੀ ਵਜ੍ਹਾ ਤੋਂ ਮੈਨੂੰ ਇੰਨੀ ਸਟ੍ਰੈਸ ਆ ਨਾ ਕਹਿੰਦਾ ਮੈਂ ਦੱਸ ਨਹੀਂ ਸਕਦਾ ਮੈਂ ਚੱਲ ਕੋਈ ਗੱਲ ਨਹੀਂ ਤੂੰ ਸਟ੍ਰੈਸ ਨਾ ਲੈ ਤੂੰ ਸਿਰਫ ਅੱਲਾਹ ਦੀ ਖੁਸ਼ੀ ਦੇ ਉੱਤੇ ਖੁਸ਼ੀ ਰੱਖ ਅਤੇ ਅੱਲਾਹ ਤਾਲਾ ਆਪੇ ਉਹ ਮਸਲੇ ਮਸਾਇਲ ਜਿਹੜੇ ਨੇ ਨਾ ਹੱਲ ਕਰ ਦੇਣਗੇ
ਆਪਣੇ ਭਰਾਵਾਂ ਨੂੰ ਜਿਹੜਾ ਮਤਲਬ ਆਪਣੀਆਂ ਭਰਜਾਈਆਂ ਦੇ ਪਿੱਛੇ ਪੰਪ ਨਹੀਂ ਕਰਨਾ ਚਾਹੀਦਾ ਕਿ ਤੂੰ ਇੱਦਾਂ ਕੀਤਾ ਤੂੰ ਇੱਦਾਂ ਕੁਛ ਕੀਤਾ ਤੈਨੂੰ ਇੱਦਾਂ ਚਾਹੀਦਾ ਸੀ। ਇਹ ਚੀਜ਼ਾਂ ਜਿਹੜੀਆਂ ਦੇਖੋ ਹਰ ਇੱਕ ਇਨਸਾਨ ਨੇ ਇੱਥੇ ਸਾਰੀ ਜ਼ਿੰਦਗੀ ਨਹੀਂ ਰਹਿਣਾ, ਹਰ ਇੱਕ ਇਨਸਾਨ ਨੇ ਇਸ ਦੁਨੀਆ ਤੋਂ ਚਲੇ ਜਾਣਾ ਵਾ, ਠੀਕ ਹੈ ਨਾ। ਵੱਡੇ ਵੱਡੇ ਲੋਕ ਚਲੇ ਗਏ ਨੇ ਤਾਂ ਠੀਕ ਹੈ, ਉਹ ਇਹ ਦੁਨੀਆ ਸਾਡੇ ਵਾਸਤੇ ਜਿਹੜਾ ਨਾ ਇੱਕ ਕਿਸਮ ਦਾ ਸਮਝ ਲਓ ਕਿ ਸਾ ਇੱਕ ਬਹੁਤ ਵੱਡਾ ਇਮਤਿਹਾਨ ਆ, ਠੀਕ ਹੈ ਨਾ। ਅਤੇ ਤੁਸੀਂ ਅਗਰ ਖੁਸ਼ ਸਲੂਕੀ ਨਾਲ ਆਪਣੀ ਜ਼ਿੰਦਗੀ ਗੁਜ਼ਾਰੋ ਅੱਛੇ ਤਰੀਕੇ ਦੇ ਨਾਲ, ਪਤਾ ਨਹੀਂ ਮੈਂ ਕੈਮਰਾ ਜ਼ਿਆਦਾ ਹੀ ਨਾ ਘੁਮਾਈ ਜਾਵਾਂ, ਅਤੇ ਚਲੋ ਤਾਂ ਮਤਲਬ ਇੱਧਰ ਆਵਾਂ, ਬਸ ਨਹੀਂ ਕਰੋ ਮੈਨੂੰ ਲਿਖਿਆ ਵਾ ਕਾਫੀਆਂ ਭੈਣਾਂ ਨੇ ਕਿ ਕੋਈ ਮਸਲਾ ਨਹੀਂ, ਤੁਸੀਂ ਜਿੰਨੀ ਮਰਜ਼ੀ ਵੱਡੀ ਉਹ ਲੰਮੀ ਬਣਾਓ। ਅਤੇ ਉਹ ਗੱਲ ਕਰਨ ਦਾ ਮਕਸਦ ਸਿਰਫ ਇੰਨਾ ਹੀ ਹੈ ਕਿ ਤੁਹਾਨੂੰ ਖੁਸ਼ ਸਲੂਕੀ ਦੇ ਨਾਲ ਮਾਮਲਾਤ ਨੂੰ ਹੱਲ ਕਰਨੇ ਚਾਹੀਦੇ ਆ, ਅਤੇ ਆਪਣੀ ਬੇਗਮ ਦੀ ਮਤਲਬ ਵੀ ਖੁਆਇਸ਼ ਪੂਰੀ ਕਰੋ, ਆਪਣੀ ਮਾਂ ਦੀ ਵੀ ਖੁਆਇਸ਼ ਪੂਰੀ ਕਰੋ, ਭੈਣਾਂ ਦੀ ਵੀ ਖੁਆਇਸ਼ ਪੂਰੀ ਕਰੋ, ਜਾਇਜ਼ ਖੁਆਇਸ਼ਾਂ ਜਿਹੜੀਆਂ ਹੈ ਨੇ। ਜਿੱਥੇ ਤੁਹਾਨੂੰ ਲੱਗ ਰਿਹਾ ਵਾ ਕਿ ਇੱਥੇ ਮੇਰੀ ਵਾਲਦਾ ਮੋਹਤਰਮਾ ਜਾਂ ਮੇਰੀ ਸਿਸਟਰ ਗਲਤ ਆ, ਤੁਸੀਂ ਤੁਹਾਨੂੰ ਚਾਹੀਦਾ ਮਰਦਾਂ ਨੂੰ ਕਿ ਉੱਥੇ ਡੈਫੀਨੇਟਲੀ ਉਹਨਾਂ ਦੀ ਸਲਾਹ ਕਰੋ ਕਿ ਮਾਂ ਜੀ ਨਹੀਂ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ। ਇਹ ਨਹੀਂ ਕਿ ਤੁਸੀਂ ਸਮਝੋ ਕਿ ਸਾਡੀ ਮਾਂ ਵਾ ਤਾਂ ਅਸੀਂ ਕੁਛ ਨਹੀਂ ਕਹਿਣਾ, ਉਹਨਾਂ ਨੂੰ ਸਮਝਾਓ, ਉਹਨਾਂ ਨੂੰ ਮਾਂ ਜੀ ਦੇਖੋ ਇਹ ਫੈਕਟ ਆ, ਉਹਨਾਂ ਨੂੰ ਰੀਜ਼ਨ ਦਿਓ, ਉਹਨਾਂ ਨੂੰ ਇੱਕ ਲੌਜਿਕ ਦਿਓ, ਅਤੇ ਉਹ ਡੈਫੀਨੇਟਲੀ ਸਮਝਣਗੇ। ਮਾਂ ਦਾ ਦਿਲ ਬੜਾ ਨਰਮ ਹੁੰਦਾ ਵਾ, ਅਤੇ ਮੈਂ ਉਹਨਾਂ ਭਰਾਵਾਂ ਵਾਸਤੇ ਗੱਲ ਕਰ ਰਿਹਾ ਜਿਹੜੇ ਕਿ ਮਤਲਬ ਜਿਨ੍ਹਾਂ ਨੇ ਕੰਮ ਨੂੰ ਖਿੱਚ ਕੇ ਰੱਖਿਆ ਹੁੰਦਾ ਡੂਡੀ ਵਾਸਤੇ ਕਿ ਬਸ ਤੂੰ ਜਿਹੜਾ ਨਾ ਆਪਣੇ ਮਾਂ ਪਿਓ ਦੀ ਅਤੇ ਭੈਣ ਭਰਾ ਦੀ ਮੇਰੇ ਸਾਹਮਣੇ ਗੱਲ ਵੀ ਨਾ ਕਰ। ਦੇਖੋ ਅਸੀਂ ਮਰਨਾ, ਅਸੀਂ ਜਵਾਬ ਦੇ ਹਾਂ, ਸਾਡੇ ਕੋਲ ਅੱਗੇ ਪੁੱਛਿਆ ਜਾਣਾ ਵਾ, ਸਾਡੀ ਫਿਲਮ ਚੱਲਣੀ ਹੈ ਉੱਥੇ ਅੱਗੇ ਜਾ ਕੇ, ਸ਼ੁਰੂ ਤੋਂ ਲੈ ਕੇ ਜਦੋਂ ਦੇ ਅਸੀਂ 6 ਸਾਲ ਤੋਂ ਲੈ ਕੇ ਜਦੋਂ ਦੇ ਅਸੀਂ ਪੈਦਾ ਹੋਏ ਹਾਂ ਉਹ 6 ਸਾਲ ਤੱਕ 7 ਸਾਲ ਤੱਕ, ਜਦੋਂ ਥੋੜ੍ਹੀ ਜਿਹੀ ਅਸੀਂ ਹੋਸ਼ ਸੰਭਾਲੀ ਆ ਤਾਂ ਆਲ ਦਾ ਵੇ 30 ਈਅਰਸ 40, 50, 60, 80 ਜਦੋਂ ਤੱਕ ਅਸੀਂ ਮਰਦੇ ਨਹੀਂ, ਉਹ ਪੂਰੀ ਫਿਲਮ ਜਿਹੜੀ ਹੈ ਨਾ ਅੱਲਾਹ ਤਾਲਾ ਨੇ ਤੁਹਾਡੇ ਸਾਹਮਣੇ ਜਿਹੜਾ ਨਾ 100 ਇੰਚ ਦਾ ਟੀਵੀ ਲਾ ਕੇ ਨਾ ਚਲਾ ਦੇਣੀ ਆ ਕਿ ਅੱਲਾ ਪੁੱਤਰ ਤੂੰ ਆਹ ਕੰਮ ਕੀਤਾ। ਮੈਂ ਕਾਫੀ ਦਿਨਾਂ ਤੋਂ ਸੋਚ ਰਹੀ ਸੀ, ਮੇਰੀ ਗੱਲ ਖਤਮ ਹੋ ਜਾਂਦੀ, ਉਸ ਚੀਜ਼ ਤੋਂ ਬਚਣ ਵਾਸਤੇ ਠੀਕ ਆ ਨਮਾਜ਼ ਪੜ੍ਹੋ ਅਤੇ ਕੋਸ਼ਿਸ਼ ਕਰੋ ਕਿ ਕਿਸੇ ਦਾ ਦਿਲ ਨਾ ਦੁਖੇ, ਅਤੇ ਕੋਸ਼ਿਸ਼ ਕਰੋ ਕਿ ਆਪਣੇ ਸਸੁਰਾਲ, ਮੈਨੂੰ ਪਤਾ ਇਸ ਸਸੁਰਾਲ ਦਾ ਬਹੁਤ ਵੱਡਾ ਮੈਟਰ ਆ, ਆਪਣੇ ਸਸੁਰਾਲ ਦੀ ਜਿੰਨੀ ਰਿਸਪੈਕਟ ਤੁਸੀਂ ਆਪਣੇ ਮਾਂ ਬਾਪ ਦੀ ਕਰਦੇ ਹੋ ਨਾ ਉਨੀ ਹੀ ਰਿਸਪੈਕਟ ਉਹਨਾਂ ਦੀ ਕਰੋ, ਠੀਕ ਆ। ਤੁਹਾਡਾ ਇੱਕ ਡਿਸਟੈਂਸ ਹੋਣਾ ਚਾਹੀਦਾ ਵਾ ਸਸੁਰਾਲ ਦੇ ਨਾਲ, ਲੇਕਿਨ ਇੰਨਾ ਡਿਸਟੈਂਸ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਹਨਾਂ ਨੂੰ ਹਕੀਰ ਸਮਝੋ ਅਤੇ ਤੁਸੀਂ ਆਪਣੇ ਮਾਂ ਪਿਓ ਨੂੰ ਉੱਪਰ ਰੱਖੋ। ਉਹ ਵੀ ਕਿਸੇ ਦੇ ਮਾਂ ਪਿਓ, ਉਹਨਾਂ ਦੇ ਵੀ ਬੱਚੇ ਆ, ਉਹਨਾਂ ਦੀ ਵੀ ਔਲਾਦ ਆ, ਉਹਨਾਂ ਦੇ ਵੀ ਬੇਟੇ ਆ, ਉਹਨਾਂ ਨੂੰ ਵੀ ਚਾਹੀਦਾ। ਕਿਉਂਕਿ ਕਿਤੇ ਵੀ ਇਸਲਾਮ 'ਚ ਲਫ਼ਜ਼ ਨਹੀਂ ਹੈ ਕਿ ਸਿਰਫ ਆਪਣੇ ਮਾਂ ਬਾਪ ਦੀ ਇੱਜ਼ਤ ਕਰੋ, ਹਾਂ ਨਹੀਂ, ਇੱਜ਼ਤ ਸਭ ਦੀ ਕਰਨੀ ਚਾਹੀਦੀ ਆ, ਔਰ ਉਹਨਾਂ ਨੂੰ ਅੱਛੇ ਖੁਸ਼ ਸਲੂਕੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਤੁਸੀਂ ਉਹਨਾਂ ਦੀ ਗੱਲ ਸੁਣੋ ਆਪਣੇ ਸਸੁਰਾਲ ਦੀ, ਔਰ ਉਹਨਾਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰੋ, ਅਗਰ ਉਹ ਰੋਂਗ ਨੇ ਉਹਨਾਂ ਨੂੰ ਵੀ ਤੁਸੀਂ ਅੱਛੇ ਤਰੀਕੇ ਨਾਲ ਸਮਝਾਓ, ਆਪਣੇ ਮਾਂ ਬਾਪ ਦੀ ਵੀ ਸਲਾਹ ਕਰੋ, ਉਹਨਾਂ ਦੀ ਵੀ ਸਲਾਹ ਕਰੋ, ਔਰ ਆਪਣੀ ਬੀਵੀ ਦੀ ਵੀ ਸਲਾਹ ਕਰੋ ਅਗਰ ਬੀਵੀ ਗਲਤ ਹੈ, ਅਤੇ ਬੀਵੀ ਨੂੰ ਵੀ ਚਾਹੀਦਾ ਵਾ ਕਿ ਉਹ ਆਪਣੇ ਬੰਦੇ ਨੂੰ 100% ਉਹ ਆਪਣੇ ਬੰਦੇ ਦੇ ਨਾਲ ਕੋਆਪਰੇਟ ਕਰੇ, ਨਾ ਕਿ ਬਹਿਸ ਕਰੇ, ਨਾ ਕਿ ਜ਼ਿੱਦ ਕਰੇ, ਨਹੀਂ। ਜਿੱਥੇ ਤੁਸੀਂ ਤੁਹਾਨੂੰ ਮੁਨਾਸਬ ਲੱਗਦਾ ਕਿ ਨਹੀਂ ਸਾਨੂੰ ਇੱਥੇ ਜਿਹੜਾ ਨਾ ਮੈਨੂੰ ਇੱਥੇ ਕੰਪਰੋਮਾਈਜ਼ ਕਰਨਾ ਚਾਹੀਦਾ, ਮੇਰਾ ਹਸਬੈਂਡ ਮੈਨੂੰ ਠੀਕ ਕਹਿ ਰਿਹਾ ਵਾ, ਅਤੇ ਉੱਥੇ ਮੇਰੀਆਂ ਭੈਣਾਂ ਨੂੰ ਚਾਹੀਦਾ ਆਪਣੇ ਹਸਬੈਂਡ ਦੇ ਨਾਲ ਫੁੱਲ ਕੋਆਪਰੇਟ ਕਰਨ, ਉੱਥੇ ਕਹਿਣਗੇ ਠੀਕ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਅਤੇ ਮੈਂ ਉਹ ਦੱਸ ਰਹੀ ਸੀ ਕਿ ਕੱਲ੍ਹ ਮੈਂ ਕੁਰਾਨ ਪਾਕ ਦਾ ਨਾ ਮੇਰੇ ਖਿਆਲ 13ਵਾਂ ਸਪਾਰੇ 'ਚ ਮੈਂ ਤਰਜਮਾ ਪੜ੍ਹ ਸੀ। ਕਾਫੀ ਦਿਨਾਂ ਤੋਂ ਮੈਂ ਸੋਚ ਰਹੀ ਸੀ ਕਿ ਜਿਸ ਤਰ੍ਹਾਂ ਘਰ 'ਚ ਇੱਕ ਬੱਚੇ ਦੀ ਤਬੀਅਤ ਹੁੰਦੀ ਆ, ਦੂਸਰੇ ਬੱਚੇ ਦੀ ਕਿਉਂ ਨਹੀਂ ਹੁੰਦੀ, ਜਾਂ ਜਿਸ ਤਰ੍ਹਾਂ ਮੇਰਾ ਦਿਲ ਆ ਜਾਂ ਤੁਹਾਡਾ ਦਿਲ ਆ ਜਾਂ ਦੁਨੀਆ 'ਚ ਹਰ ਇਨਸਾਨ ਦਾ ਹਰ ਡਿਫਰੈਂਟ ਦਿਲ ਆ ਨਾ, ਅਤੇ ਸਾਡੇ ਵਰਗਾ ਯਾਨੀ ਕਿ ਕਿਉਂ ਨਹੀਂ ਕੋਈ ਬੰਦਾ ਹੈ ਦਿਲ ਨਾ, ਇਸ ਤਰ੍ਹਾਂ ਮੈਂ ਸੋਚ ਰਹੀ ਸੀ ਕਾਫੀ ਦਿਨਾਂ ਤੋਂ। ਕੱਲ੍ਹ ਅਚਾਨਕ ਹੀ ਮੈਂ ਤਰਜਮਾ ਮਤਲਬ ਕਿ ਪੜ੍ਹਦੇ ਹੋਏ ਮੈਂ ਦੇਖਿਆ, ਅਤੇ ਉਹ 'ਤੇ ਤਰਜਮਾ ਸੀਗਾ ਕਿ ਕੁਰਾਨ ਅਸਮਾਨ ਤੋਂ ਇੱਕ ਹੀ ਬਾਰਿਸ਼ ਆਉਂਦੀ ਹੈ ਨਾ ਜਿਹੜਾ ਪਾਣੀ ਆਉਂਦਾ, ਅਤੇ ਜ਼ਮੀਨ 'ਚ ਲੇਕਿਨ ਚੀਜ਼ਾਂ ਮੁਖਤਲਿਫ ਪੈਦਾ ਹੁੰਦੀਆਂ, ਮੈਂਗੋ ਜਾਂ ਐਪਲ ਜਾਂ ਬਨਾਨਾ, ਲੇਕਿਨ ਪਾਣੀ ਉੱਪਰੋਂ ਇੱਕ ਹੀ ਆ ਰਿਹਾ, ਅਤੇ ਚੀਜ਼ਾਂ ਡਿਫਰੈਂਟ ਪੈਦਾ ਕਰਨ ਵਾਲਾ ਕੌਣ ਆ? ਅੱਲਾ ਵਾ ਨਾ। ਅਤੇ ਉਹਦੀ ਫਿਰ ਤਫਸੀਲ ਦੇ ਵਿੱਚ ਲਿਖਿਆ ਕਿ ਹਜ਼ਰਤ ਹਸਨ ਬਸਰੀ ਰਜ਼ੀ ਅੱਲਾ ਤਾਲਾ ਅਨਹੁ ਨੇ ਫਰਮਾਇਆ ਕਿ ਜਿਸ ਤਰ੍ਹਾਂ ਪਾਣੀ ਇੱਕ ਆ ਰਿਹਾ ਨਾ, ਇਸੇ ਤਰ੍ਹਾਂ ਹਜ਼ਰਤ ਆਦਮ ਅਲੈਹ ਸਲਾਮ ਤੋਂ ਜਦੋਂ ਨਸਲ ਚੱਲੀ ਆ ਅੱਗੇ, ਅਤੇ ਉਹ ਫਿਰ ਕੁਛ ਅੱਗੇ ਚੱਲਦੇ ਹੋਏ ਕੁਛ ਡਿਫਰੈਂਟ ਹੋਏ ਆ ਨਾ ਪਾਣੀ ਦੀ ਮਿਸਾਲ ਤੋਂ, ਕਿ ਅਗਰ ਅੱਲਾ ਨੇ ਜਿਸ ਤਰ੍ਹਾਂ ਪਾਣੀ ਨਾਲ ਡਿਫਰੈਂਟ ਫਲ ਪੈਦਾ ਕਰ ਸਕਦਾ, ਅਤੇ ਅੱਲਾ ਤਾਲਾ ਫਿਰ ਡਿਫਰੈਂਟ ਦਿਲ ਡਿਫਰੈਂਟ ਮਤਲਬ ਪੈਦਾ ਕੀਤੇ ਨੇ ਅੱਲਾ ਤਾਲਾ ਨੇ, ਹੁਣ ਦੇ ਨਾ ਤੂੰ ਡਿਫਰੈਂਟ ਆ ਮੈਂ ਡਿਫਰੈਂਟ ਆ, ਠੀਕ ਆ ਨਾ। ਹਰ ਬੰਦੇ ਦੀ ਨੇਚਰ ਡਿਫਰੈਂਟ ਆ, ਤੇਰੀ ਨੇਚਰ ਡਿਫਰੈਂਟ ਆ, ਤੂੰ ਬਹੁਤ ਹੌਲੀ ਬੋਲਦੀ ਆ, ਮੈਂ ਬਹੁਤ ਤੇਜ਼ ਬੋਲਦਾ, ਤੇਰੇ ਕੋਲ ਪੰਜਾਬੀ ਮੇਰੇ ਵਾਂਗੂ ਨਹੀਂ ਬੋਲੀ ਜਾਂਦੀ, ਮੇਰੇ ਕੋਲ ਉਰਦੂ ਤੇਰੇ ਵਾਂਗੂ ਨਹੀਂ ਬੋਲੀ ਜਾਂਦੀ, ਠੀਕ ਆ ਨਾ। ਇਹ ਹਰ ਇੱਕ ਅੱਲਾ ਤਾਲਾ ਦੇ ਹੀ ਕਮਾਲ ਨੇ, ਸਾਰੇ ਰੱਬ ਦੀ ਜ਼ਾਤ ਨੇ ਹਰ ਇੱਕ ਇਨਸਾਨ ਨੂੰ ਡਿਫਰੈਂਟ ਤਰੀਕੇ ਦੇ ਨਾਲ ਹੀ ਪੈਦਾ ਕੀਤਾ, ਮਤਲਬ
ਡਿਫਰੈਂਟ ਮੈਂਟੈਲਿਟੀ ਦਿੱਤੀ ਹੋਈ ਆ ਔਰ ਹਰ ਇਨਸਾਨ ਦਾ ਇੱਕ ਡਿਫਰੈਂਟ ਤਰੀਕਾ ਵਾ ਗੱਲ ਕਰਨ ਦਾ ਬੋਲਣ ਦਾ ਮਤਲਬ ਤੁਸੀਂ ਫਿਰ ਕਿਸੇ ਤੇ ਜ਼ਬਰਦਸਤੀ ਨਹੀਂ ਕਰ ਸਕਦੇ ਕਿ ਇਹ ਸਾਡੇ ਤਰ੍ਹਾਂ ਹੋ ਜੇ ਯਾਨੀ ਮੈਂ ਉਹ ਗੱਲ ਕਰ ਰਹੀ ਹਾਂ ਨਾ ਜਦੋਂ ਹਦਾਇਤ ਦੇਣੀ ਤੇ ਅੱਲਾ ਨਹੀਂ ਦੇਣੀ ਆ ਬਸ ਹਾਂ ਇਹ ਗੱਲ ਬੜੀ ਸੋਹਣੀ ਕੀਤੀ ਆ ਕਿ ਕਿਸੇ ਨੂੰ ਤੁਸੀਂ ਜ਼ਬਰਦਸਤੀ ਆਪਣੇ ਤਰ੍ਹਾਂ ਨਹੀਂ ਕਰ ਸਕਦੇ ਤੇ ਮਸਾਲਾ ਪਾ ਦਿਓ ਤੇ ਜਦੋਂ ਹਦਾਇਤ ਦੇਣੀ ਤੇ ਰੱਬ ਨੇ ਦੇਣੀ ਤੇ ਤੁਸੀਂ ਹਦਾਇਤ ਵਾਸਤੇ ਸਿਰਫ ਲੇਕਿਨ ਪਤਾ ਕਿ ਮੈਂ ਵਕੀਲ ਨੇ ਮਨ ਮੌਲਾ ਬਨੇ ਮਨ ਨਸੀਰ ਬਸ ਇਹ ਪੜ ਲੈ ਕਰੋ ਕਿ ਅੱਲਾ ਤਾਲਾ ਇਹਨੂੰ ਹਦਾਇਤ ਦੇ ਦੇ ਲੇਕਿਨ ਪਤਾ ਕਿ ਕਾਫੀ ਜਦੋਂ ਬੰਦਾ ਕਿਸੇ ਨੂੰ ਕਹਿੰਦਾ ਨਾ ਕਿ ਅੱਲਾ ਤੈਨੂੰ ਹਦਾਇਤ ਦੇਵੇ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਦੂਸਰਾ ਬੰਦਾ ਬੁਰਾ ਕਿਉਂ ਮਨਾਉਂਦਾ ਹੈ ਲਫ਼ਜ਼ਾਂ ਤੇ ਹਾਲਾਂਕਿ ਇੰਨੀ ਵੱਡੀ ਦੁਆ ਵਾ ਇਹ ਤੂੰ ਮੈਨੂੰ ਰੋਜ਼ ਕਹਿ ਦਿਆ ਕਰ ਮੈਂ ਤਾਂ ਨਹੀਂ ਬੁਰਾ ਮਨਾਉਂਦਾ ਜਦੋਂ ਮੈਂ ਵੀ ਤੈਨੂੰ ਕਹਿੰਦਾ ਹਾਂ ਕਿ ਅੱਲਾ ਤੈਨੂੰ ਹਦਾਇਤ ਦੇਵੇ ਮੈਂ ਨਹੀਂ ਬਣਾਉਂਦੀ ਜਿਹੜੀ ਗੱਲ ਦੇਖੋ ਓਰੀਜਨਲ ਹੈ ਨਾ ਸਹੀ ਆ ਉਹਦੇ ਦਾ ਕੀ ਬੁਰਾ ਮਨਾਉਣਾ ਮੈਂ ਕਹਿੰਦੀ ਹਾਂ ਕੋਈ ਗੱਲ ਨਹੀਂ ਅੱਲਾ ਖੈਰ ਤੇ ਬੇੜੇ ਪਾਰ ਅੱਲਾ ਤਾਲਾ ਤੁਹਾਨੂੰ ਸਾਰਿਆਂ ਨੂੰ ਖੁਸ਼ ਖੁਰਮ ਰੱਖੇ ਅੱਲਾ ਤਾਲਾ ਤੁਹਾਡੇ ਬੱਚਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਅੱਲਾ ਤਾਲਾ ਤੁਹਾਡੇ ਵਾਲਦਿਆਂ ਨੂੰ ਮੇਰੀਆਂ ਭੈਣਾਂ ਦੇ ਵਾਲਦਿਆਂ ਨੂੰ ਅੱਲਾ ਤਾਲਾ ਸਿਹਤ ਤੰਦਰੁਸਤੀ ਦੇਵੇ ਅੱਲਾ ਤਾਲਾ ਮੇਰੇ ਭਰਾਵਾਂ ਦੇ ਜਿਹੜੇ ਮੇਰੀਆਂ ਭੈਣਾਂ ਦੇ ਹਸਬੈਂਡ ਨੇ ਅੱਲਾ ਤਾਲਾ ਉਹਨਾਂ ਦੇ ਵਾਲਦਿਆਂ ਨੂੰ ਉਹਨਾਂ ਦੀਆਂ ਭੈਣਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਮੁਹਤਾਜੀ ਤੋਂ ਬਚਾਵੇ ਰੱਬ ਦੀ ਜ਼ਾਤ ਸਿਰਫ ਆਪਣਾ ਹੀ ਮੁਹਤਾਜ ਰੱਖੇ ਕਿਸੇ ਦਾ ਮੁਹਤਾਜ ਨਾ ਕਰੇ ਸਾਨੂੰ ਔਰ ਸਾਨੂੰ 5 ਵਕਤ ਦੀ ਨਮਾਜ਼ ਪੜ੍ਹਨ ਦੀ ਤੌਫੀਕ ਅਤਾ ਫਰਮਾਵੇ ਪਲੀਜ਼ ਪਲੀਜ਼ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਿਆ ਕਰੋ ਦਰੂਦ ਪਾਕ ਪੜ੍ਹਿਆ ਕਰੋ ਔਰ ਨਮਾਜ਼ ਜਿਹੜੀ ਨਾ ਟਾਈਮ 'ਤੇ ਪੜ੍ਹ ਲਿਆ ਕਰੋ ਨਮਾਜ਼ ਬਹੁਤ ਇੰਪੋਰਟੈਂਟ ਹੈ ਸਾਡੇ ਕੋਲੋਂ ਦੁਨੀਆ 'ਤੇ ਹਰ ਚੀਜ਼ ਸਾਨੂੰ ਅੱਲਾਹ ਤਾਲਾ ਦੇ ਰਹੇ ਨੇ ਆ ਖਾਣਾ ਪੀਣਾ ਅੱਲਾਹ ਦਾ ਬੜਾ ਸ਼ੁਕਰ ਆ ਖੁਦਗਰਜ਼ੀ ਦਾ ਮਤਲਬ ਹੈਗਾ ਕਿ 5 ਮਿੰਟ ਮੈਂ ਪੜ੍ਹਦੀ ਹਾਂ ਜਾਂ ਮੈਂ ਪੜ੍ਹਦਾ ਵਾਂ ਜਾਂ ਮੈਂ 10 ਮਿੰਟ ਤੱਕ ਬਸ ਆਹ ਕੰਮ ਕਰ ਲਵਾਂ ਨਹੀਂ ਜਦੋਂ ਅੱਲਾਹ ਅਕਬਰ ਆ ਜਾਵੇ ਉਦੋਂ ਸਾਰੇ ਕੰਮ ਛੱਡ ਕੇ ਨਾ ਮੇਰਾ ਤੁਹਾਡੇ ਅੱਗੇ ਰਿਕੁਐਸਟ ਆ ਫੌਰੀ ਤੌਰ 'ਤੇ ਜਿਹੜਾ ਨਾ ਤੁਸੀਂ ਆਪਣਾ ਆਪਣਾ ਸਜਦੇ 'ਚ ਪੈ ਜਾਇਆ ਕਰੋ ਜਾ ਕੇ ਮੱਥਾ ਟੇਕਿਆ ਕਰੋ ਰੱਬ ਅੱਗੇ ਔਰ ਅੱਲਾਹ ਤਾਲਾ ਦੀ ਜ਼ਾਤ ਬੜੀ ਬੇਨਿਆਜ਼ ਆ ਅੱਲਾਹ ਤਾਲਾ ਕਰਮ ਕਰਨ ਵਾਲੇ ਆ ਉਹ ਇਨਸ਼ਾਅੱਲਾ ਸਭ 'ਤੇ ਕਰਮ ਕਰਨ ਅਤੇ ਇਹਨੇ ਵੱਡਾ ਸਾਰਾ ਆਪਣਾ ਨਾ ਬਜਾਏ ਉਂਗਲ ਲਵਾਉਂਦੇ ਨੇ ਆਪਣਾ ਵੱਡਾ ਸਾਰਾ ਕੋਈ 34 ਕਿਲੋ ਦਾ ਸਿਰ ਹਲਾਤ ਆ ਇਹਦਾ ਮਤਲਬ ਆ ਕਿ ਬਸ ਕਰੋ ਲਓ ਜੀ ਹੁਣ ਇਹਦਾ ਸਿਰ ਹਿੱਲ ਗਿਆ ਹੁਣ ਮੈਨੂੰ ਇਜਾਜ਼ਤ ਦਿਓ ਮੇਰਾ ਖਿਆਲ ਹੈ ਕਿ ਮਾਸ਼ਾਅੱਲਾ ਅੱਜ ਅੱਛਾ ਟੌਪਿਕ ਰਿਹਾ ਵਾ ਕੋਈ ਗਲਤੀ ਹੋ ਗਈ ਤਾਂ ਮਾਫੀ ਚਾਹੁੰਦਾ ਮੇਰੀ ਬੀਵੀ ਨੂੰ ਵੀ ਮਾਫ਼ ਕਰ ਦੇਣਾ ਅਤੇ ਸਾਨੂੰ ਵੀ ਦੁਆਵਾਂ 'ਚ ਯਾਦ ਰੱਖਣਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹ بسم اللہ الرحمن الرحیم اتنی زیادہ رسپیکٹ سے سب کے کمنٹس آتے ہیں میں صرف بول کر ہی ویڈیو میں سب کو بہت زیادہ تھینک یو کہہ سکتی ہوں یہ کیپچینو نیس کیفے میں میں نے اور بھی فلیور چیک کر رہی ہوں دوسرا ہے ایک موکا کیرامل اور یہ اسٹرانگ فلیور میں ہے اس میں 10 ساشے ہوتے ہیں اور ساتھ میں ایک چاکلیٹ سیزننگ کا بھی تھوڑا سا اس میں ہے ये ब्राउन वाला तो एक पैकेट से एक कप बनते हैं लेकिन अगर ज़्यादा स्ट्रॉन्ग चाहिए तो जैसे मैं हाफ या क्वार्टर कप ले रही हूँ मिल्क में और वाटर में दोनों में ही ये बन जाता है या हाफ़ मिल्क या हाफ़ वाटर में मैंने लो फैट मिल्क में एक पैकेट ऐड किया है लेकिन मैंने इसमें शुगर ऐड नहीं की तो अपनी चॉइस है शुगर की और फिर ऑन टॉप ऑफ चॉकलेट पाउडर भी है इसको वार्म मिल्क में अच्छी तरह से स्टेयर करके तो ये अच्छा एक है कि अगर कैपचिनो जैसे कि समटाइम बहुत ज़्यादा थकावट का दिन होता है और जो कॉफ़ी लेने के आदी हैं वो सिर्फ़ फिर कॉफ़ी चाय से भी उनका नहीं गुजारा होता वो सिर्फ़ फिर कॉफ़ी ही एक कप लेंगे लेकिन मैं समटाइम ये कैपचिनो का कप लेती हूँ और अब इसको फिर मैं वार्म करूँगी ब्रेड के स्लाइस को सैंडविच मेकर में मैंने ऐसे प्रेस किया है इसको ये वाला है अब चॉकलेट पाउडर ज़्यादा स्वीट ना हो जाए इसीलिए मैं नहीं डाल रही तो अब इसके ऊपर ये पीनट बटर काफ़ी पीनट बटर मैंने चेक किए हैं कि टेस्ट उनमें से अभी मुझे ये अच्छा लग रहा है और ऐसे स्टिक भी नहीं होता मेल्ट रहता है बच्चों को मैंने लंच में चिप्स दी नया फ्लेवर आया था चिप्स का और साथ में स्ट्रॉबेरी दी ये क्लोथ्स में इस कंटेनर बॉक्स जो कि मैंने टारगेट से लिए थे ये $30 का एक कंटेनर बॉक्स है $30 इसके चारों तरफ ही ये सील पैक हैं इवन अगर इसमें
जब मैंने लिया था इसके अंदर जो पैकेजिंग थी इसके ऊपर, आप इसमें आपने कैमरा आपने रखने हैं या ज्वेलरी रखनी है या कोई भी आपने अपने शूज़ क्लोथ्स रखने हैं, तो ये एक्स्ट्रा लॉक है चारों तरफ, इसके अंदर कोई डस्ट या कोई चीज़ नहीं जाएगी। तो मेरे काफ़ी अच्छा एक्सपीरियंस इससे रहा है। मैंने फिर तकरीबन 4 बॉक्सेस उस टाइम लिए थे, लेकिन ये चीज़ें अच्छी होती हैं, कुछ जल्दी ख़त्म हो जाती हैं। जैसे कि इंसान कहता हो कि चले नेक्स्ट वीक फिर ले लेंगे, शायद सेल पे लग जाएं, कोई चीज़ अच्छी जब हो रही हो तो वो फिर जल्दी सेल हो जाती है, फिर उसके बाद नहीं मिले और तरह के डिज़ाइन आते हैं। ये ड्रेस मुझे इन लॉ की तरफ से आया है, ये गोल्डन वाला, और लाइट के ज़रा ज़्यादा मुझे काम पसंद है। यहाँ पर वैसे भी पहने नहीं जाते, काफ़ी ड्रेस ऐसे पड़े हैं जिनके ऊपर हैवी काम भी हैं, वो भी मैं फिर दिखाऊंगी। तो कुछ जुनेद जमशेद की शर्ट्स हैं इसमें, ये एक लाइट ऑरेंज है जिसके ऊपर के हैंड का काम है, वो मैं पाकिस्तान से मंगवाती हूँ। आप भी मुझे बताइएगा कि आप कैसे पाकिस्तान से अपने कैसे ड्रेस मंगवाते हैं, आप डिलीवरी करवाते हैं ऑनलाइन या फैमिली जब आए तब लेके आते हैं कुछ इस तरह से। तो वो कोट मायर से स्टेला का था, ये बहुत लाइट है ब्लैक में, मुझे बहुत पसंद है ये। ये इस साइड पे कुछ विंटर के कपड़े हैं जो कि अब तो विंटर जा रहा है लेकिन ये डेली यूज़ में हैं। अभी भी शाम को बहुत ज़्यादा ठंड हो जाती है। ये एक हस्बैंड के लिए ये वाला बॉक्स है, तो उनमें उनके एक्स्ट्रा जो क्लोथ्स हैं ये वो वाले हैं। इसकी लिड भी काफ़ी स्ट्रॉन्ग है और ये एक स्ट्रॉन्ग क्वालिटी का बना हुआ है, इसीलिए इसकी प्राइस $30 थी। देख रही हूँ मैं इनमें से कि जो कपड़े बिल्कुल भी यूज़ में नहीं आ रहे वो निकाल दूँ, ऐसे रखने का फ़ायदा नहीं है, इसीलिए मैं फिर कपड़े ज़्यादा वही मंगवाती हूँ जो पहने भी जा सकें, लेकिन जब वहाँ जाएँ तो फिर तो बहुत दिल करता है कि ज़्यादा से ज़्यादा हों। यहाँ रह के शौक पूरे नहीं होते वैसे, तो फिर इंसान अपनी फैमिली में भी ज़्यादा इंजॉय करता है। ये ऐसे लॉक हैं, ये बॉटम पे ब्लैक वाला, इसके साइड पे सिर्फ 2 लॉक हैं। ये $7 का है, तो ये ऐसे हैवी लॉक नहीं है जैसे कि ये, इसके हैवी लॉक हैं सारे, और लिड भी ऊपर से बहुत स्ट्रॉन्ग ये टाइट है। पहले टाइम पे अम्मी बताती हैं कि क्लोथ्स में ऐसे सोप रखते थे जैसे कैपरी या लक्स सोप, तो अब रेड रोज़ ड्राई के पैकेट भी रखे जाते हैं ताकि फ्रेग्रेंस रहे उनमें। ये चने और आलू कैप्सिकम के साथ जो मैंने लंच बनाया था, ये मैं अपने हस्बैंड को वर्क पे दे रही हूँ। तो ये है कि जैसे बहुत सारे लंच होते हैं जो कि हॉट नहीं खाए जाते या ऐसी फैसिलिटीज़ नहीं होती कि हॉट किया जाए, तो वो ये है कि फिर ठंडा ऐसा लंच हो जो कि नॉर्मल भी हो लेकिन अच्छा भी लगे। तो ये इसके साथ मैंने ज़्यादा लेटस ऐड किया है।